ਬਾਬਾ ਜੀ ਜੰਗ ਹੋਣਾ ਹਜੇ ਨਾਨਕ ਆਖੇ ਰੁਕਣ ਦੀ ਸੱਚਾ ਸੁਣੋ ਜਵਾਬ ਦਸਵਾਂ ਕਰਨੀ ਨਾਵਾ ਜੋ ਪੜੇ ਕਰਨੀ ਨਾਵਾ ਬਾਣਾ ਬਾਣੀ ਨਾਨਕ ਆਖੇ ਰੁਕਣ ਦੀ ਸੱਚਾ ਸੁਣੋ ਜਵਾਬ ਕਰਨੀ ਨਾਵਾ ਜੋ ਪੜੇ ਛੁੱਟੇ ਸਭ ਜਾਵ ਦਸਵਾਂ ਜਾਮਾ ਪੈਰ ਕੇ ਬੈਠੇ ਉੱਪਰ ਕਰਤਾਰ ਰੰਗ ਜੇ ਪਾਤਸ਼ਾਹ ਯੁੱਧ ਕਰੂੰ ਬਹਵਾਰ ਜਦੋਂ ਟੁਕ ਵਾਲੇ ਆਪਣਾ ਦੇ ਕੇ ਭੇਜ ਦਿਆਂਗਾ ਸਿੰਘ ਦੇਖੋ ਨਾ ਉਹਨੂੰ ਬੋਲ ਸੀ ਪਾਤਸ਼ਾਹ ਰੰਗ ਅੱਗੇ ਪੈਦਾ ਕਿਉਂ ਗਿਆ ਪਲਣ ਕਿਉਂ ਗੋਬਿੰਦ ਅਲੋਪ ਹੋਵਾਂਗਾ ਰਾਜ ਦੇ ਮਮਤਾ ਪੇ ਗੋਬਿੰਦ ਬਚਨ ਪਾਲ ਨਹੀਂ ਸਕੇਂਗੇ ਬਹੁਤ ਪੜੇਗੋ ਜੰਗ ਮਾਝੇ ਵਿੱਚੋਂ ਅਸੀਂ ਲੁੱਟੇਂਗੇ ਲਾਹੌਰ ਪੁੱਠਵਾਰ ਕੋ ਸਾਧ ਕੇ ਫਿਰ ਲੈਣਾ ਪਿਸ਼ੌਰ ਚੌਕੀ ਅਲਕ ਫਾਲ ਕੇ ਲੈਣਾ ਖੈਬਰ ਤੰਗ ਜਲਾਲਾਬਾਦ ਕੋ ਜੀਤ ਕੇ ਫਿਰ ਕਾਬਲ ਹੋਵੇ ਜੰਗ ਕਾਬਲ ਰਾਜ ਬਹਾਲ ਕੇ ਗਜਨੀ ਕੋ ਫਿਰ ਲੇ ਮੁਲਕ ਹਜ਼ਾਰਾ ਸਾਧ ਕੇ ਗੰਧਾਰੇ ਕੂਚ ਕਰੇ ਤਿੱਬੇ ਯੋਗ ਔਰੇ ਰਾਣਾ ਨਕੇ ਪਾਸ ਕਾਬਲ ਫਿਰ ਤੇ ਰਾਣਾ ਉਹਦੇ ਅਸ ਤੱਕ ਰਾਜ ਹੋਏ ਔਰ ਨਾ ਰਹੀ ਕੋਈ ਰਹੀ ਤੋਹੇ ਕੇ ਮਿਲ ਗਏ ਧਰਤੀ ਉੱਪਰ ਜੋਏ ਸੱਚੇ ਸਾਹਿਬ ਦੇ ਰਾਜ ਵਿੱਚ ਸਤਜੁਗ ਹੋਸੀ ਆਣ ਤਾਬਿਆ ਚਲੋ ਜੋ ਪੰਥ ਕੀ ਖਾਏ ਨਾ ਜਮਕਾ ਬਾਣ ਫੌਜ ਚੜ੍ਹੇ ਅਕਾਲ ਕੀ ਮੱਕੜੀ ਨਿਆਈ ਹੋਏ ਨੀਲਾ ਬਾਣਾ ਪੈਰ ਕੇ ਔਰ ਨਾ ਦਿਸੀ ਕੋਏ ਦੋਹੀ ਫਿਰ ਮਾਇਆ ਕੱਠੀ ਕਰੇਂਗੇ ਸਿੰਘ ਮਾਇਆ ਕੱਠੀ ਕਰੇਂਗੇ ਦੇਂਗੇ ਲੰਗਰ ਲਾਏ ਨਾ ਨੰਗਾ ਪੱਖਾ ਆਰਤੀ ਖਾਲੀ ਕੋਈ ਨਾ ਜਾਏ ਦੋਹੀ ਫਿਰ ਅਕਾਲ ਕੀ ਨਿੰਦਕ ਰਹੇ ਨਾ ਕੋਏ ਨਿੰਦਕ ਟਿਕੇ ਨਾ ਕੋਏ ਬਨ ਪਾਸਾ ਭਜੇਂਗੇ ਤਰੇ ਜਗਤ ਮੇ ਸੋਏ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ ਖੁਆਰ ਹੋਏ ਸਾ ਮਿਲੇਗੇ ਬਚੇ ਸਨ ਜੋ ਹੋਏ ਗੁਰੂ ਨਾਨਕ ਦੇ ਬਚਨ ਹੈ ਇਹ ਗੁਰੂ ਨਾਨਕ ਬਚਨ ਹੈ ਤਾਂ ਹੀ ਅਸੀਂ ਬੁਲਾਉਂਦੇ ਹਾਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ ਗੁਰੂ ਨਾਨਕ ਦੇ ਮੱਕੇ ਵਿੱਚ ਬਚਨ ਹੋਏ ਇਹ ਉਹ ਬਾਣੀ ਆ ਬਾ ਵਿੱਚੋਂ ਵਿੱਚ ਭੁੱਲ ਗਈ ਆ ਬਸ ਕਰ